ਬੈਟਰੀ ਚੇਂਜ ਪਰ ਹਾਰਡ ਹੈ ਤੇ ਸੰਜੀ ਸਾਡੀ ਬੈਟਰੀ ਲੱਗੀ ਆ 3 ਸਾਲ ਬਾਅਦ ਇਹ ਲੱਗੀ ਆ ਪਾਵਰ ਜੋਨ 1400 ਐਮਪੀਏ ਦੀ ਬੈਟਰੀ ਆ ਬੈਟਰੀ ਬਹੁਤ ਘਟਾਵੇਂ ਥਾਂ ਹੁੰਦੀ ਹੈ ਸੀਟ ਵੀ ਖੁੱਲ੍ਹਣੀ ਪੈ ਜਾਂਦੀ ਲਗਭਗ ਤਾਰਾਂ ਤੁਰਾਂ ਬਹੁਤ ਚੱਲਦੀਆਂ ਸਾਈਟ ਧਾਲੀਵਾਲ ਆ ਰਣਜੀਤ ਆਟੋ ਵਰਕਸ ਆਹ ਮੋਬਾਈਲ ਨੰਬਰ ਆ ਤੁਸੀਂ ਕਿਸੇ ਪ੍ਰਕਾਰ ਦੀ ਬੈਟਰੀ ਜਿਹੜੀ ਆ ਇਹਨਾਂ ਕੋਲ ਮੰਗਵਾ ਸਕਦੇ ਜੀ ਬਕਾਇਦਾ ਇਹ ਡੀਲਰਸ਼ਿਪ ਹੈ ਇਹਨਾਂ ਕੋਲ ਐਮਰੋਨ ਐਕਸਾਈਡ ਹੈਲੋ ਭਾਅ ਜੀ ਉਹ ਛੋਟੇ ਹਥੇਲੀ ਦੇ ਕਿੰਨੇ ਪੈਸੇ ਬੈਟਰੀ ਇੱਕ ਵੀ ਵਾਰੀ ਵੀ ਰੀਚਾਰਜ ਕਰਾਉਣੀ ਪੈ ਜਾਵੇ ਨਾ ਮੱਤ ਆ ਜਾਂਦੀ ਆ ਇਸ ਲਈ ਮੈਂ ਸੋਚਿਆ ਵੀ 3 ਸਾਲ 5 ਦਿਨ ਹੋਏ ਬੈਟਰੀ ਨੂੰ ਰੀਚਾਰਜ ਕਰਾ ਕੇ ਵੀ 6 ਮਹੀਨੇ ਦੀ ਗੱਲ ਜੀ ਮਿਲਦੀ ਹੁੰਦੀ ਆ ਰੀਚਾਰਜ ਕਰਾਓਗੇ ਨਾ ਸਿੱਧੀ ਨਵੀਂ ਪਵਾ ਲਓ ਹੁਣ ਐਮ ਆਰ ਓ ਦੀ ਪਾਵਰ ਜੋਨ ਪਵਾ ਲਈ ਆਪਾਂ ਬੈਟਰੀ ਇਹ ਦੁਕਾਨ ਦੇ ਸਾਹਮਣੇ ਨਿਸ਼ਕਾਮ ਕਿਸ ਨਿਸ਼ਕਾਮ ਮੁਜਖਾਨਾ ਜਿੱਥੋਂ ਕੰਟਰੋਲ ਰੇਟ ਤੁਸੀਂ ਕਰਿਆਨਾ ਪ੍ਰਾਪਤ ਸ਼ੁਕਰ ਕਰਨਾ ਪੈਂਦਾ ਪੂਰਾ ਬੈਟਰੀ ਪਾਉਣ ਲਈ ਇੱਕ ਮੋਟਰਸਾਈਕਲ ਨੂੰ ਆਹ ਪੁੱਟਾ ਲੱਗਾ ਦੇਖੋ 50-55 ਹਜ਼ਾਰ ਦਾ ਫਿਊਲ ਪੈਕ 1 ਸਾਈਨ ਦਾ ਇਹਦੇ ਰਾਹੀਂ ਮੋਟਰਸਾਈਕਲ ਫੋਨ ਨਾਲ ਕਨੈਕਟ ਆ ਫੋਨ 'ਤੇ ਸਾਰੀ ਜਾਣਕਾਰੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਬੈਟਰੀ ਦਾ ਸਟੇਟਸ ਹਰ ਇੱਕ ਚੀਜ਼ ਇਸ ਹਾਰਡ ਬਿਲਕੁਲ ਇਹਦੇ ਸੀਟ ਦੇ ਥੱਲੇ ਆਉਂਦਾ ਵਾ ਇੰਜਨ ਕੰਟਰੋਲ ਮੋਡਿਊਲ ਸਾਰੇ ਇੰਜਨ ਦਾ ਜਿਹੜੇ ਨਾੜੀਆਂ ਆਹ ਵੇਖੋ ਜਾਣ ਗਿਆ ਇੱਥੋਂ ਕੰਟਰੋਲ ਹੀ ਕਹਿੰਦਾ ਸੱਜੇ ਪਾਸੇ ਦਾ ਕੰਮ ਸੌਖਾ ਅਤੇ ਖੱਬੇ ਬਣਿਆ ਔਖਾ ਇਹ ਮੈਨੂੰ ਪਿਆ ਸੀ 4.5 ਹਜ਼ਾਰ ਦਾ ਮੈਂ ਨਹੀਂ ਮੈਂ 20 ਚਲਿਆ ਸੀ ਮੈਂ ਚੱਲਿਆ ਸੀ 5500 ਕਿਲੋਮੀਟਰ ਮੈਂ ਤਾਂ ਕਰਾਉਣ ਲੱਗਾ ਇਸ਼ਨਾਨ ਪਾਣੀ ਇਸ਼ਨਾਨ ਪਾਣੀ ਕਰਾਉਣ ਤੋਂ ਪਹਿਲਾਂ ਕੁਝ ਖਾਣ ਦਾ ਖਿਆਲ ਰੱਖਣ ਦੀ ਲੋੜ ਆ ਕਿ ਇਹ ਜਿਹੜਾ ਫਿਲਟਰ ਹੈ ਨਾ ਇਹ ਲੌਂਗ ਲਾਈਫ ਫਿਲਟਰ ਹੁੰਦਾ ਵਾ ਇਹਨੂੰ ਬਾਈ ਏਅਰ ਨਾਲ ਆਪਾਂ ਸਾਫ਼ ਕਰ ਲਈਦਾ ਵਾ ਇਹਨੂੰ ਧੋਈ ਦਾ ਘਰ ਤੋਂ ਧੋ ਵੀ ਮਾੜਾ ਮੋਟਾ ਕੋਈ ਚੱਕਰ ਨਹੀਂ ਹੈ ਪਰ ਜੇ 5 ਵਾਰੀ ਧੋਣਾ ਤਾਂ ਇਹਨੂੰ ਅਸੀਂ 1 ਵਾਰੀ ਧੋਣਾ ਵਾ 5 ਵਾਰੀ ਮੋਟਰ ਧੋਣਾ ਵਾ ਜਿੱਦਾਂ ਮੈਂ ਕਰਦਾ ਵਾ ਉੱਦਾਂ ਇਹ ਏਅਰ ਨਾਲ ਕਰੀਏ ਤਾਂ ਇਹ ਜ਼ਿਆਦਾ ਵਧੀਆ ਸਾਫ਼ ਹੋ ਜਾਂਦਾ ਹੁਣ ਇਹਦਾ ਇਸ਼ਨਾਨ ਕਰਾਈਏ ਕਿਉਂਕਿ ਅੰਦਰਲੇ ਬੰਨੇ ਮਿੱਟੀ ਬੜੀ ਜਮ੍ਹਾਂ ਹੋ ਜਾਂਦੀ ਹੈ ਜਦੋਂ ਅਤੇ ਮੋਟਰਸਾਈਕਲ ਖੁੱਲ੍ਹਦਾ ਨਹੀਂ ਨਾ ਆਹ ਸਾਰੀ ਮਿੱਟੀ ਅੰਦਰੋਂ ਇੱਥੇ ਡਿੱਗੀ ਹੈ ਉੱਦਾਂ ਘਰ ਮੇਰੇ ਕੋਲ ਵਾਸ਼ਰ ਹੈਗਾ ਪਰ ਮੈਨੂੰ ਆਲਸ ਹੋ ਜਾਂਦਾ ਅੱਜ ਜਦੋਂ ਆਲਸ ਹੋ ਜਾਂਦਾ ਫਿਰ ਇੱਧਰ ਲੈ ਗਿਆ 5 ਵਾਰੀ ਆਪ ਧੋਈਦਾ 6 ਵਾਰੀ ਇੱਥੇ ਲੈ ਗਿਆ ਬੈਟਰੀ ਦਾ ਰੇਟ ਦੱਸਣਾ ਮੈਂ ਭੁੱਲ ਗਿਆ ਬੰਦੇ ਚਲੋ ਆਪਣੇ ਖਾਸ ਬੰਦੇ ਸੀ
ਉਹ ਬੈਟਰੀ ਵਿੱਚ ਮੈਂ ਦੇਤੀ ਹੈ ਅਤੇ 2200 ਰੁਪਈਆ ਮੈਂ ਹੋਰ ਦਿੱਤਾ ਵਾ। ਚਲੋ ਉਹਨਾਂ ਨੇ ਰੇਟ ਬਿਲਕੁਲ ਜਾਇਜ਼ ਹੀ ਲਿਆ ਵਾ, ਕੰਪਨੀ ਵੀ ਵਧੀਆ ਵਾ, ਹੁਣ ਦੇਖਦੇ ਹਾਂ ਕਿੰਨੀ ਚੱਲਦੀ ਆ। ਐਕਸਾਈਜ਼ ਵੀ ਚੱਲੀ ਗਈ ਲਗਭਗ 3 ਸਾਲ ਪੂਰੇ ਲੱਗਦਾ, ਥੋੜ੍ਹੇ ਜੇ 1-2 ਮਹੀਨੇ ਘੱਟ ਜਾਂ 2.5-3 ਮਹੀਨੇ ਕਹਿ ਲਓ, 3 ਸਾਲ ਕਹਿ ਲਓ। ਹੁਣ ਐਮਰੋਨ ਦੀ ਬੈਟਰੀ ਆ, ਇਹ ਕਿੰਨੀ ਚੱਲਦੀ ਆ ਵੇਖੋ, 48 ਮਹੀਨਿਆਂ ਦੀ ਗਰੰਟੀ ਇਹਦੀ ਜਿਹੜੀ ਮੈਨੂੰ ਮਿਲਦੀ ਹੈ ਲਿਖਤੀ।